अगली खबर संदीप बिश्नोई दे नाल जुड़ी आ रही है। गैंगस्टर संदीप बिश्नोई दे नाल, ओह कहिंदे गोली मार के उहदी हत्या कर दित्ती गई है। मिंट जी जी देखो, एक पहली गलत यह है कि थोड़ी दुविधा है। कुछ लोगों को ये लग रहा है कि लॉरेंस बिश्नोई का भरा है, तो जी ऐसा जी नहीं है। ये बेसिकली जिहड़ा संदीप सीगा, ये हरियाणे दा, ये हरियाणे जी चो है। ये पेशी भुगतन आया सी नगौर, नगौर राजस्थान दे विच हैगा। उत्थे कोर्ट दे बाहर जदों जा रहा सीगा तां शूटरां ने बस नाल ही इहदे कोल आपदे बंदे भी हैगे, शिमला दा हथियार तोर भी होणगे इहनां दे कोल, गनमैन जिहड़े सीगे, कोई गनमैन कहना सॉरी बॉडीगार्ड लिखिया जी होया खबरां दे विच। हो सकदा असला भी होवे, पर उह तुरे जांदे ने उहनां ने ला के पुड़पुड़ी दे नाल, ते बस हो गए ते हो गए, मुड़ के निकले ने भरे बाजार चों गोलियां चलांदे। हुण किन्ने उत्थे एग्जैक्ट फट्टड़ ने हाले कुछ कहा नहीं जा रहा, उहदे बारे कोई पुष्टि नहीं हैगी कि दो ने या तीन ने, पर ये मौके ते मर गया सी, क्योंकि उहने जोड़ के नाल मारिया दस, ते फिर गोलियां जिहड़ियां जिहड़े आसे पासे सी, अठ नौ गोलियां उहनां ने मार दित्तियां। ते ये वैसे जिहड़ा संदीप सीगा बड़ा तगड़ा गैंगस्टर सीगा हरियाणे दे विच, ये जिहड़ा उधर बाड़मेर दे विच फौजी सीगा राजू फौजी, उहदे नाल दोस्ती सी इहनां ने, कॉन्सटेबल भी मारे सीगे राजू फौजी ने, उह हथियार भी दसदे आ कि इहने दित्ते सीगे। ਤਾਂ ਇਹਦਾ ਝਗੜਾ ਜਿਹੜਾ ਉਹ ਕਈਆਂ ਨਾਲ ਸੀਗਾ। ਹੁਣ ਸੀਸੀਟੀਵੀ ਦੇ ਵਿੱਚ ਤਾਂ ਜਿਹੜੇ ਸ਼ੂਟਰ ਆ ਉਹ ਕੈਦ ਹੋ ਗਏ ਨੇ, ਹੋ ਸਕਦਾ ਹੈ ਕਿ ਪਛਾਣੇ ਜਾਣ, ਪਰ ਮੁੱਢਲੇ ਤੌਰ ਤੇ ਦੱਸਿਆ ਗਿਆ ਹੈ ਕਿ ਇਹ ਹਰਿਆਣੇ ਦੇ ਹੀ ਸ਼ੂਟਰ ਸਨ, ਮਤਲਬ ਕਿ ਉਹ ਮਗਰ ਹੀ ਲੱਗੇ ਆਏ, ਤੇ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਿਆ, ਇਹ ਪੇਸ਼ੀ ਭੁਗਤਣ ਆਇਆ ਸੀਗਾ, ਉਹਨਾਂ ਨੇ ਉੱਥੇ ਮਾਰ ਦਿੱਤਾ। ਤਾਂ ਹੁਣ जी ਇਹਦੇ ਬਾਰੇ ਇਹ ਸੁਣਨ ਦੇ ਵਿੱਚ ਆਇਆ ਕਿ ਇਹ ਨਾ ਸਿਰਫ ਸ਼ਰਾਬ ਦਾ ਤਸਕਰ ਸੀਗਾ, ਬਲਕਿ ਸਪਾਰੀ ਕਿਲਰ ਵੀ ਬਹੁਤ ਤਕੜਾ ਸੀਗਾ। ਹੁਣ ਕਿੰਨੇ ਮੁਕੱਦਮੇ ਨੇ जी ਐਗਜ਼ੈਕਟ, ਉਹ ਸਾਰੀਆਂ ਚੀਜ਼ਾਂ ਹਾਲ ਦੀ ਘੜੀ ਨਹੀਂ ਸਾਹਮਣੇ ਆਈਆਂ ਕਿ ਕੋਲੇ ਦੇ ਤੇ ਕਿੰਨੇ ਮੁਕੱਦਮੇ ਸੀਗੇ, ਪਰ 19 ਚ ਕਹਿੰਦੇ ਆ ਕਿ ਪਹਿਲਾ ਪਰਚਾ ਹੋਇਆ ਸੀ ਇਹਦੇ ਤੇ, ਉਹ ਪਹਿਲਾ ਮਤਲਬ ਕਿ ਹੱਤਿਆਕਾਂਡ ਸੀ ਕੋਈ, हाँ ਉਹਦੇ जी ਤੋਂ ਬਾਅਦ ਇਹ ਸੁਰਖੀਆਂ ਚ ਆ ਗਿਆ, ਤੇ ਫਿਰ ਕੰਮ ਚੱਲਦਾ ਹੀ ਚੱਲਦਾ 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 ਅੱਗੇ ਤੁਰਿਆ ਗਿਆ। ਪਰ ਇਹ ਹੁਣ ਕੁਝ ਲੋਕ ਆਪਣੇ ਇੱਥੇ ਸਵਾਲ ਕਰਦੇ ਆ, ਚਲੋ ਇਹ ਤਾਂ ਸਾਰੀ ਘਟਨਾ ਜਿਹੜੀ ਆ ਉਹ ਆਪਾਂ ਬਿਆਨ ਦਿੱਤੀ, ਕੁਝ ਲੋਕ ਆਪਣੇ ਸਵਾਲ ਕਰਦੇ ਆ ਕਿ ਆ ਲਾਰੈਂਸ ਨੂੰ ਲਈ ਫਿਰਦੇ ਹੋ ਜਾਂ ਇਹਨੂੰ ਲਈ ਫਿਰਦੇ ਹੋ, ਤਾਂ ਇਹ ਫਲਾਣਾ ਫਲਾਣਾ ਬੰਦਾ ਜਿਹੜਾ, ਇਹਨਾਂ ਨੂੰ ਕਿਉਂ ਇੰਨੀ ਸਿਕਿਉਰਿਟੀ ਦਿੱਤੀ ਗਈ ਆ? ਉਹਦੇ ਚ ਆਹੀ ਡਰ ਹੈ, ਆਹੀ ਡਰ ਹੈ ਕਿ ਹਮਲਾ ਹੋ जी ਗਿਆ ਕਿਸੇ ਹੋਰ ਦਾ ਵੀ ਨੁਕਸਾਨ ਹੋ ਜਾਏਗਾ, ਤੇ ਦੂਜੀ ਗੱਲ ਹੈ ਕਿ ਕੋਰਟ ਕਚਹਿਰੀਆਂ ਨੇ ਫਿਰ ਸਾਨੂੰ ਨਹੀਂ ਛੇੜਣਾ। ਸੋ ਆਹੀ ਵਜ੍ਹਾ ਹੈ, ਆਹੀ ਕਾਰਨ ਹੈ ਕਿ ਉਹਨਾਂ ਦੀ ਸਿਕਿਉਰਿਟੀ ਚ ਕੋਈ ਇਹ ਢਿੱਲ ਮੱਠ ਜਿਹੜੀ ਹੈ ਉਹ ਨਹੀਂ ਕਰ ਰਹੇ। ਸੋ ਇਸ ਕਰਕੇ, ਕਿਉਂਕਿ ਹੁਣ ਤੁਸੀਂ ਦੇਖ ਲਓ, ਬੰਦਾ जी ਆਪ ਵੀ ਗੈਂਗਸਟਰ ਸਪਾਰੀ ਕਿਲਰ ਨਾਲ ਬੰਦੇ ਆ, ਬੰਦਿਆਂ ਦੇ ਨਾਲ ਹੋ ਸਕਦਾ, ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਇਹ ਵੀ ਕਹਿ ਰਹੀਆਂ ਕਿ ਪੁਲਿਸ ਲਿਆਈ ਸੀ ਇਹਨੂੰ ਕਸਟਡੀ ਚ, ਹਾਲਾਂਕਿ ਪੁਸ਼ਟੀ ਨਹੀਂ ਹੈ, ਕਿਉਂਕਿ ਦੇਰ ਸ਼ਾਮੀ ਇਹ ਸਾਰਾ ਕੁਝ ਹੈ ਜਿਹੜਾ ਉਹ ਸਾਹਮਣੇ ਆਇਆ ਵਾ। ਹਾਲੇ ਮਤਲਬ ਕਿ ਇਹਦੇ ਚ ਵੀ ਕੰਟਰਾਡਿਕਸ਼ਨ ਹੈ, ਪਰ ਮੈਂ ਇਹ ਜੋ ਗੱਲ ਸੁਣੀ ਹੈ ਉਹਦੇ ਆਧਾਰ ਤੇ ਕਹਿ ਰਿਹਾ ਵਾ ਕਿ ਇਹਦੇ ਆਪਣੇ ਪ੍ਰਾਈਵੇਟ ਬੰਦੇ ਸੀ ਨਾਲ। ਤਾਂ ਹੁਣ ਜੀ ਤੁਸੀਂ ਦੇਖ ਲਓ ਕਿ ਕੋਰਟ ਦੇ ਬਾਹਰ ਪੁਲਿਸ ਤਾਂ ਹੋਏਗੀ ਨਾ, ਫਰਜ਼ ਕਰੋ ਪੁਲਿਸ ਦੀ ਕਸਟਡੀ ਚ ਵੀ ਨਹੀਂ ਆਇਆ, ਆਪਣੇ ਆਪ ਆਇਆ ਪੇਸ਼ੀ ਭੁਗਤਣ, ਕੋਈ ਗਵਾਹੀ ਸੀਗੀ, ਪਰੰਤੂ ਬੰਦਾ ਕੋਰਟ ਦੇ ਵਿੱਚ ਹੈ ਨਾ, ਕੋਰਟ ਕੰਪਲੈਕਸ ਦੇ ਵਿੱਚ ਤਾਂ ਪੁਲਿਸ ਹੁੰਦੀ ਹੈ, ਕੋਈ ਆਉਂਦਾ ਹੈ ਤਾਂ ਮਾਰ ਕੇ ਤੇ ਗਾਂ ਚਲੇ ਜਾਂਦਾ ਬਸ। ਇਸ ਕਰਕੇ ਇੱਥੇ ਕੋਈ ਵੀ ਢਿੱਲ ਮੱਠ ਮਾੜੀ ਜੀ ਹੋਈ, ਤੇ ਇੱਥੇ ਜਿਵੇਂ ਹੁੰਦੇ ਨਾ ਸਾਵਧਾਨੀ ਹਟੀ ਤੋਂ ਦੁਰਘਟਨਾ ਘਟੀ, ਇਸੇ ਕਰਕੇ ਸਿਕਿਉਰਿਟੀ ਦਿੱਤੀ ਜਾਂਦੀ ਹੈ। ਇਹ ਬਹੁਤ ਵੱਡਾ ਹੱਤਿਆਕਾਂਡ ਵੈਸੇ ਜੇ ਤੁਸੀਂ ਦੇਖੋਗੇ, ਸਾਡੇ ਇੱਥੇ ਸਮੱਸਿਆ ਹੈ, ਪਰ ਹਰਿਆਣੇ ਦੀ ਸਮੱਸਿਆ ਇਸ ਤੋਂ ਵੀ ਵੱਡੀ ਬਣਦੀ ਜਾ ਰਹੀ ਹੈ। ਤਾਂ ਇਹ ਗੈਂਗਸਟਰ ਜਿਹੜੇ ਆ, ਇਹ ਤੇ ਪਿੱਛੇ ਜੇ ਇੱਕ ਨੂੰ ਜਾ ਕੇ ਇਹਨਾਂ ਨੇ ਕੋਰਟ ਦੇ ਵਿੱਚ ਹੀ ਮਾਰ ਦਿੱਤਾ ਸੀ ਜੱਜ ਦੇ ਸਾਹਮਣੇ। हाँ जी हाँ जी ਹੁਣ ਕੋਰਟ ਹੋਵੇ, ਕਚਹਿਰੀ ਹੋਵੇ, ਪੁਲਿਸ ਕਸਟਡੀ ਹੋਵੇ, ਕਿਤੇ ਨਹੀਂ ਛੱਡਦੇ। ਇਹ ਬਹੁਤ ਵੱਡੀ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੋਚਣ ਵਾਲੀ ਗੱਲ ਹੈ ਭਾਰਤ ਸਰਕਾਰ ਵਾਸਤੇ।